ਨਮਸਕਾਰ ਖਬਰਾਂ ਦੇ ਇਸ ਬੁਲੇਟਿਨ 'ਚ ਤੁਹਾਡਾ ਸਵਾਗਤ ਹੈ ਮੈਂ ਹਾਂ ਜੀਤਾ ਸਖਸੈਨਾ ਪਹਿਲਾਂ ਪੇਸ਼ ਨੇ ਚੌਂਕੀਆਂ ਖਬਰਾਂ ਪੂਰਬੀ ਲਦਾਖ ਵਿੱਚ ਭਾਰਤ ਅਤੇ ਚੀਨ ਵਿਚਾਲੇ ਅਸਲ ਕੰਟਰੋਲ ਰੇਖਾ ਨੇੜੇ ਫੌਜ ਹਟਾਉਣ ਬਾਰੇ ਲੈਫਟੀਨੈਂਟ ਜਨਰਲ ਪੱਧਰੀ ਅਗਲੇ ਗੇੜ ਦੀ ਗੱਲਬਾਤ ਹੋਈ ਭਾਰਤੀ ਫੌਜ ਮੁਖੀ ਜਨਰਲ ਐਮ ਐਮ ਨਰਵੜੇ ਨੇ ਪਛਮੀ ਸਰਹੱਦੀ ਖੇਤਰ 'ਚ ਜੰਗੀ ਤਿਆਰੀਆਂ ਦਾ ਜਾਇਜ਼ਾ ਲਿਆ ਜਵਾਨਾਂ ਦਾ ਹੌਸਲਾ ਵਧਾਉਂਦਿਆਂ ਫੌਜ ਮੁਖੀ ਨੇ ਦੇਸ਼ ਹਿੱਤ ਲਈ ਉਹਨਾਂ ਵੱਲੋਂ ਨਿਭਾਈ ਜਾ ਰਹੀ ਡਿਊਟੀ ਦੀ ਸ਼ਲਾਘਾ ਕੀਤੀ। ਰਾਜਸਥਾਨ ਵਿੱਚ ਸਿਆਸੀ ਸੰਕਟ ਬਰਕਰਾਰ ਰਾਜਪਾਲ ਕਲਰਾਜ ਮਿਸ਼ਰਾ ਨੇ ਗਹਿਲੋਤ ਮੰਤਰੀ ਮੰਡਲ ਤੋਂ ਤਿੰਨ ਮੰਤਰੀਆਂ ਨੂੰ ਬਰਖਾਸਤ ਕਰਨ ਦੇ ਲਈ ਪੇਸ਼ ਪ੍ਰਸਤਾਵ ਨੂੰ ਦਿੱਤੀ ਮਨਜ਼ੂਰੀ। ਮਨੁੱਖੀ ਵਸੀਲਿਆਂ ਦੇ ਵਿਕਾਸ ਬਾਰੇ ਮੰਤਰਾਲੇ ਨੇ ਸਿੱਖਿਆ ਸੰਸਥਾਵਾਂ ਦੁਆਰਾ ਚਲਾਈਆਂ ਜਾ ਰਹੀਆਂ ਆਨਲਾਈਨ ਕਲਾਸਾਂ ਲਈ ਦਿਸ਼ਾ ਨਿਰਦੇਸ਼ ਕਿਤੇ ਜਾਰੀ। ਸੜਕਾਂਵਾਜ ਦੇ ਸ਼ਾਹਮਾਰਗ ਭਰੇ ਕੇਂਦਰੀ ਮੰਤਰੀ ਨਿਤਿਨ ਗੜਤਰੀ ਨੇ ਹਰਿਆਣਾ ਵਿੱਚ 20000 ਕਰੋੜ ਰੁਪਏ ਦੀ ਲਾਗਤ ਨਾਲ ਬਣਨ ਵਾਲੇ 11 ਸੜਕ ਪ੍ਰੋਜੈਕਟਾਂ ਦਾ ਉਦਘਾਟਨ ਪੰਜਾਬ ਵਿੱਚ ਕਰੋਨਾ ਪੁਸ਼ਟੀ ਵਾਲੇ ਮਰੀਜ਼ਾਂ ਦੀ ਗਿਣਤੀ 8511 ਹੋ ਗਈ ਹੈ। ਹੁਣ ਤੱਕ 5563 ਕਰੋਨਾ ਮਰੀਜ਼ ਸੇਧਿਆ ਬੁਕੇ ਕਰੀ ਪਰਤੇ। ਮਨਰੇਗਾ ਮਜ਼ਦੂਰਾ ਨੇ ਲੌਕਡਾਊਨ ਦੇ ਦੌਰਾਨ ਰੋਜ਼ਗਾਰ ਮੁਹੱਈਆ ਕਰਾਉਣ ਲਈ ਕੇਂਦਰ ਸਰਕਾਰ ਅਤੇ ਪ੍ਰਧਾਨ ਮੰਤਰੀ ਦਾ ਤਨਬਾਤ ਕੀਤਾ। ਤੇ ਹੁਣ ਖਬਰਾਂ ਵਿਸਥਾਰ ਨਾਲ ਪੂਰਬੀ ਲਦਾਖ ਵਿੱਚ ਕੱਲ ਭਾਰਤ ਚੀਨ ਸਰਹੱਦ ਤੇ ਦੋਵਾਂ ਦੇਸ਼ਾਂ ਵਿਚਾਲੇ ਤਣਾਅ ਨੂੰ ਘਟ ਕਰਨ ਲਈ ਲੈਫਟੀਨੈਂਟ ਜਨਰਲ ਪੱਧਰ ਤੇ ਚੌਥੇ ਪੜਾਅ ਦੀ ਗੱਲਬਾਤ ਹੋਈ ਭਾਰਤ ਵਾਲੇ ਪਾਸੇ ਚੂਸ਼ੂਲ ਸਰਹੱਦੀ ਚੌਕੀ ਤੇ ਇਹ ਮੀਟਿੰਗ ਸਵੇਰੇ 11 ਵਜੇ ਸ਼ੁਰੂ ਹੋਈ ਸੀ ਚੌਥੇ ਗੇਟ ਦੀ ਗੱਲਬਾਤ ਰਾਨ ਫਿੰਗਰ 4 ਸਮੇਤ ਪੈਨਗੋਂਗ ਅਤੇ ਦੀਪਸਾਂਗ ਮੈਦਾਨੀ ਖੇਤਰਾਵਾਂ 'ਚੋਂ ਫੌਜਾਂ ਨੂੰ ਪਿੱਛੇ ਹਟਾਉਣ ਤੇ ਅਮਲ ਬਾਰੇ ਚਰਚਾ ਕੀਤੀ ਗਈ ਇਸ ਤੋਂ ਪਹਿਲਾਂ ਕੌਮੀ ਸੁਰੱਖਿਆ ਸਲਾਹਕਾਰ ਜੀ ਡੋਵਾਲ ਤੇ ਚੀਨੀ ਵਿਦੇਸ਼ ਮੰਤਰੀ ਵਾਂਗੀ ਨੇ 5 ਜੁਲਾਈ ਨੂੰ ਮੀਟਿੰਗ ਕੀਤੀ ਸੀ ਜਿਸ ਰਾਨ ਅਸਲ ਕੰਟਰੋਲ ਰੇਖਾ ਲਾਗਿਉ ਆਪਣੀਆਂ ਆਪਣੀਆਂ ਫੌਜਾਂ ਪਿੱਛੇ ਹਟਾਉਣ ਬਾਰੇ ਚਰਚਾ ਕੀਤੀ ਗਈ ਸੀ ਕੋਰ ਕਮਾਂਡਰਾਂ ਦੇ ਪੱਧਰ 'ਤੇ ਇਸ ਮੀਟਿੰਗ ਨੂੰ ਅਸਲ ਕੰਟਰੋਲ ਰੇਖਾ ਤੇ ਤਣਾਅ ਵਾਲੀਆਂ ਥਾਵਾਂ ਤੋਂ ਫੌਜਾਂ ਪਿੱਛੇ ਹਟਾਉਣ ਦੇ ਦੂਜੇ ਪੜਾਅ ਦੇ ਪਹਿਲੇ ਕਦਮ ਵਜੋਂ ਵੇਖਿਆ ਗਿਆ ਇਸ ਤੋਂ ਪਹਿਲਾਂ ਚੀਨ ਦੀ ਪੀਪਲਜ਼ ਲਿਬਰੇਸ਼ਨ ਆਰਮੀ ਵੱਲੋਂ ਗਲਪਾਨ ਕੋਗਰਾ ਤੇ ਹਾਰਟਸਪ੍ਰਿੰਗਸ ਤੋਂ 30 ਜੂਨ ਨੂੰ ਕੋਰ ਕਮਾਂਡਰਾਂ ਦੀ ਮੀਟਿੰਗ ਤੋਂ ਬਾਅਦ ਆਪਣੀਆਂ ਫੌਜਾਂ ਪਿੱਛੇ ਹਟਾ ਲਈਆਂ ਗਈਆਂ ਸਨ ਮੀਟਿੰਗ ਵਿੱਚ ਭਾਰਤੀ ਵਫਦ ਦੀ ਅਗਵਾਈ ਜੀਓਸੀ ਫਾਇਰੈਂਟ ਫਿਊਰੀ ਕੋ ਲੈਫਟੀਨੈਂਟ ਜਨਰਲ ਹਰਿੰਦਰ ਸਿੰਘ ਅਤੇ ਚੀਨ ਵਾਲੇ ਪਾਸੇ ਦੀ ਅਗਵਾਈ ਦੱਖਣ ਸਿੰਜਿਆਂਗ ਮਿਲਟਰੀ ਪ੍ਰਾਂਤ ਦੇ ਮੇਜਰ ਜਨਰਲ ਲਿਓਲਿਨ ਨੇ ਕੀਤੀ ਭਾਰਤੀ ਫੌਜ ਦੇ ਮੁਖੀ ਜਨਰਲ ਐਮ ਐਮ ਨਰਵਣੀ ਨੇ ਵਜਰਕੋਟ ਨਾਲ ਸੰਬੰਧਿਤ ਅੰਮ੍ਰਿਤਸਰ ਤੇ ਫਿਰੋਜ਼ਪੁਰ ਇਕਾਈਆਂ ਦਾ ਦੌਰਾ ਕਰਕੇ ਪੱਛਮੀ ਸਰਹਾਦੀ ਖੇਤਰ ਚ ਜੰਗੀ ਤਿਆਰੀਆਂ ਦਾ ਜਾਇਜ਼ਾ ਲਿਆ। ਰੱਖਿਆ ਮੰਤਰਾਲੇ ਵੱਲੋਂ ਜਾਰੀਕ ਬਿਆਨ ਅਨੁਸਾਰ ਫੌਜ ਮੁਖੀ ਨੇ ਕਮਾਂਤਰੀ ਸਰਹੱਦ ਤੇ ਜੰਮੂ ਅਤੇ ਪਠਾਨਕੋਟ ਖੇਤਰ ਦਾ ਦੌਰਾ ਕਰਕੇ ਫੀਲਡ ਕਮਾਂਡਰਾਂ ਅਤੇ ਫੌਜੀਆਂ ਨਾਲ ਗੱਲਬਾਤ ਕੀਤੀ ਸੀ। ਜਨਰਲ ਨਰਵਣੀ ਨੇ ਦੇ ਇਸ ਦੌਰੇ ਦੌਰਾਨ ਉਨ੍ਹਾਂ ਨਾਲ ਪੱਛਮੀ ਕਮਾਂਡ ਦੇ ਕਮਾਂਡਰ ਲੈਫਟਨੈਂਟ ਜਨਰਲ ਆਪੀ ਸਿੰਘ ਵੀ ਹਾਜ਼ਰ ਸਨ। ਇਸ ਦੌਰੇ ਦੌਰਾਨ ਉਹਨਾਂ ਵਜਰਕੋਟ ਦੇ ਕੋਰ ਕਮਾਂਡਰ ਲੈਫਟੀਨੈਂਟ ਜਨਰਲ ਸੰਜੀਵ ਸ਼ਰਮਾ ਸਮੇਤ ਪੈਂਥਰ ਅਤੇ ਗੋਲਡਨ ਐਰੋ ਡਿਵੀਜ਼ਨਾ ਦੇ ਜੀਓਸੀ ਇਨਸੀ ਨਾਲ ਵੀ ਵਿਚਾਰ-ਚਰਚਾ ਕੀਤੀ ਜਵਾਨਾਂ ਨਾਲ ਸਿੱਧੀ ਗੱਲਬਾਤ ਦੌਰਾਨ ਉਹਨਾਂ ਦੀ ਹੌਸਲਾ ਅਫਜ਼ਾਈ ਕਰਦਿਆਂ ਫੌਜ ਮੁਖੀ ਨੇ ਦੇ ਸ਼ਹੀਦ ਲਈ ਉਹਨਾਂ ਵੱਲੋਂ ਨਿਭਾਈ ਜਾ ਰਹੀ ਡਿਊਟੀ ਲਈ ਦਿਲੋਂ ਸ਼ਲਾਘਾ ਕੀਤੀ ਫੌਜ ਮੁਖੀ ਨੇ ਕੋਵਿਡ ਮਹਾਮਾਰੀ ਖਿਲਾਫ ਚੱਲੀ ਜਾਂਚ 'ਚ ਫੌਜ ਵੱਲੋਂ ਨਿਭਾਈ ਜਾ ਰਹੀ ਭੂਮਿਕਾ ਦੀ ਸ਼ਲਾਘਾ ਕੀਤੀ। ਉਹਨਾਂ ਫੌਜ ਦੇ ਸਾਰੇ ਅਧਿਕਾਰੀਆਂ ਤੇ ਜਵਾਨਾਂ ਨੂੰ ਇਸ ਮਹਾਮਾਰੀ ਤੋਂ ਬਚਾਅ ਰੱਖਦੇ ਹੋਏ ਆਪਰੇਸ਼ਨ ਤਿਆਰੀਆਂ ਦੇ ਲਈ ਹਰ ਵੇਲੇ ਤਿਆਰ ਬਰਤਿਆਰ ਰਹਿਣ ਦਾ ਸੱਦਾ ਵੀ ਦਿੱਤਾ। ਰਾਜਸਥਾਨ 'ਚ ਸਿਆਸੀ ਸੰਕਟ ਬਰਕਰਾਰ ਹੈ। ਸੂਬੇ ਦੇ ਰਾਜਪਾਲ ਕਲਰਾਜ ਮਿਸ਼ਰ ਨੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਦੇ ਉਸ ਪ੍ਰਸਤਾਵ ਨੂੰ ਮਨਜ਼ੂਰੀ ਦੇ ਦਿੱਤੀ ਹੈ ਜਿਸ ਵਿੱਚ ਉਹਨਾਂ ਨੇ ਆਪਣੇ ਮੰਤਰੀ ਮੰਡਲ 'ਚੋਂ ਤਿੰਨ ਮੰਤਰੀਆਂ ਨੂੰ ਬਰਖਾਸਤ ਕਰਨ ਲਈ ਕਿਹਾ ਸੀ। ਅਸ਼ੋਕ ਗਹਿਲੋਤ ਨੇ ਸਚਨ ਪਾਇਲਟ ਰਮੇਸ਼ ਮੀਨਾ ਅਤੇ ਵਿਸ਼ਵੇਂਦਰ ਸਿੰਘ ਨੂੰ ਮੰਤਰੀ ਮੰਡਲ ਤੋਂ ਬਰਖਾਸਤ ਕਰਨ ਦਾ ਪ੍ਰਸਤਾਵ ਦਿੱਤਾ ਸੀ ਰਾਜਪਾਲ ਨੂੰ ਮਿਲਣ ਤੋਂ ਬਾਅਦ ਰਾਜਪਵਦ ਦੇ ਬਾਹਰ ਮੀਡੀਆ ਦੇ ਨਾਲ ਗੱਲਬਾਤ ਕਰਦਿਆ ਮੁੱਖ ਮੰਤਰੀ ਅਸ਼ੋਕ ਗਹਿਲੋਤ ਨੇ ਦੋਸ਼ ਲਗਾਇਆ ਸੀ ਕਿ ਭਾਰਤੀ ਜਨਤਾ ਪਾਰਟੀ ਪਿਛਲੇ 6 ਮਹੀਨਿਆਂ ਤੋਂ ਉਹਨਾਂ ਦੀ ਸਰਕਾਰ ਨੂੰ ਅਸਥਿਰ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਉਹਨਾਂ ਨੇ ਕਿਹਾ ਕਿ ਸਚਿਨ ਪਾਇਲਟ ਤੇ ਉਸ ਦੇ ਸਾਥੀ ਭਾਰਤੀ ਜਨਤਾ ਪਾਰਟੀ ਦੇ ਚਾਂਸ ਵਿੱਚ ਆ ਗਏ ਨੇ। ਇਸ ਤੋਂ ਪਹਿਲਾਂ ਰਾਜਸਥਾਨ ਕਾਂਗਰਸ ਸੈ ਇਕਾਈ ਦੇ ਵਿੱਚ ਉਸ ਵੇਲੇ ਸੰਕਟ ਹੋਰ ਗਹਿਰਾ ਹੋ ਗਿਆ ਸੀ ਜਦੋਂ ਕਾਂਗਰਸ ਹਾਈ ਕਮਾਂਡ ਨੇ ਸਚਿਨ ਪਾਇਲਟ ਨੂੰ ਕਾਂਗਰਸ ਦੇ ਸੂਬੇ ਪ੍ਰਧਾਨ ਦੇ ਅਹੁਦੇ ਤੋਂ ਹਟਾ ਕੇ ਉਸ ਦੀ ਜਗ੍ਹਾ ਗੋਬਿੰਦ ਸਿੰਘ ਦੋਤਸਾਰਾ ਨੂੰ ਨਵਾਂ ਸੂਬਾ ਪ੍ਰਧਾਨ ਬਣਾਇਆ ਗਿਆ ਸੀ। ਕਾਂਗਰਸ ਦੇ ਬੁਲਾਰੇ ਰਣਦੀਪ ਸੁਰਜੇਵਾਲਾ ਨੇ ਜੈਪੁਰ ਵਿੱਚ ਹੋਈ ਕਾਂਗਰਸ ਵਿਦਾਨਕਰਾ ਦੀ ਮੀਟਿੰਗ ਤੋਂ ਬਾਅਦ ਇਹ ਐਲਾਨ ਕੀਤਾ ਸੀ। पहली बात श्री सचिन पायलट जी को श्री विश्वेंदर सिंह जी को और मीना जी, रमीश, रमीश। और, और श्री रमेश मीना जी को मंत्री पद के भार से फौरी तौर से मुक्त किया जाता है दूसरा हमारे बहुत तजर्बेकार और काबिल साथी गोविंद सिंह दोतासरा जी को राजस्थान प्रदेश कांग्रेस कमेटी का नया अध्यक्ष बनाया जाता कांग्रेस के बागी विधायक सचिन पायलट ने उन्होंने दोहा अहद तू तो हटाए जाने तो बाद एक ट्वीट कहा कि सच किया जा सकता है पर हटाया नहीं जा सकता ਦੂਜੇ ਪਾਸੇ ਸੀਨੀਅਰ ਭਾਰਤੀ ਜਨਤਾ ਪਾਰਟੀ ਨੇਤਾ ਵੀ ਕਾਂਗਰਸ ਖੇਮੇ ਦੇ ਵਿੱਚ ਹੋ ਰਹੀਆਂ ਗਤੀਵਿਧੀਆਂ ਤੇ ਨਜ਼ਰ ਰੱਖ ਰਹੇ ਨੇ। ਜਾਪੂਰ ਵਿੱਚ ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਮੈਂਬਰਾਂ ਦੀ ਇੱਕ ਮੀਟਿੰਗ ਹੋਈ। ਇਸ ਮੀਟਿੰਗ ਤੋਂ ਬਾਅਦ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਗੁਲਾਬ ਚੰਦ ਕਟਾਰੀਆ ਨੇ ਕਿਹਾ ਕਿ ਇਹ ਸੁਭਾ ਸਰਕਾਰ ਬਹੁਮਤ ਕੁਆ ਚੁੱਕੀ ਹੈ। ਉਹਨਾਂ ਨੇ ਕਿਹਾ ਕਿ ਅਜੇ ਹੀ ਸਿਆਸੀ ਹਾਲਤ ਦੇ ਵਿੱਚ ਮੁੱਖ ਮੰਤਰੀ ਅਸ਼ੋਕ ਗਹਿਲੋਤ ਨੂੰ ਕੈਬਨਿਟ ਦਾ ਵਿਸਥਾਰ ਕਰਨ ਤੋਂ ਪਹਿਲਾਂ ਰਾਜਸਥਾਨ ਵਿਧਾਨ ਸਭਾ ਵਿੱਚ ਆਪਣਾ ਬਹੁਮਤ ਸਾਬਤ ਕਰਨਾ ਚਾਹੀਦਾ ਹੈ। ਇਹ ਸਰਕਾਰ जनता का विश्वास खो चुकी है इसके पास बहुमत नहीं है प्रमाणित करना चाहे तो हाउस ही प्रमाणित कर सकता है और कोई प्रमाणित करने वाली संस्था है विरोधी दल के डिप्टी लीडर राजेंद्र राठौर ने दावा किया है कि शक्ति परीक्षण दौरान अशोक गहलोत सरकार अपना बहुमत साबित नहीं कर सकेगी पार्टी जनता पार्टी शुभप्रदान ਸतीश ਪੁਨਿਆ ਨੇ ਕਿਹਾ ਕਿ ਸੁਪਰ ਸਰਕਾਰ ਲੋਕਾਂ ਦਾ ਵਿਸ਼ਵਾਸ ਗਵਾ ਚੁੱਕੀ ਹੈ ਅਤੇ ਹੁਣ ਇਸ ਦੇ ਚਾਨ ਦਾ ਵਕਤ ਆ ਗਿਆ ਹੈ ਇਸ ਦੌਰਾਨ ਪੁਲਿਸ ਨੇ ਰਾਜਸਥਾਨ ਦੇ ਕਈ ਜ਼ਿਲ੍ਹਿਆਂ ਦੇ ਵਿੱਚ ਸੁਰੱਖਿਆ ਦੇ ਬੰਦੋਬਸਤ ਸਖਤ ਕਰ ਦਿੱਤੇ ਨੇ ਮਨੁੱਖੀ ਵਸਿਆਲਿਆਂ ਦੇ ਵਿਕਾਸ ਬਾਰੇ ਮੰਤਰਾਲੇ ਨੇ ਕੋਵਿਡ ਮਹਾਮਾਰੀ ਦੇ ਮੱਦੇ ਨਜ਼ਰ ਸਿੱਖਿਆ ਸੰਸਥਾਵਾਂ ਦੁਆਰਾ ਚਲਾਈਆਂ ਜਾ ਰਹੀਆਂ ਆਨਲਾਈਨ ਕਲਾਸਾਂ ਲਈ ਦਿਸ਼ਾ ਨਿਰਦੇਸ਼ ਜਾਰੀ ਕੀਤੇ ਨੇ ਕਾਲ ਨਵੀਂ ਦਿੱਲੀ ਵਿੱਚ ਮਨੁੱਖੀ ਵਸੇਹਲਾਂ ਤੇ ਵਿਕਾਸ ਬਾਰੇ ਮੰਤਰੀ ਰਮੇਸ਼ ਪੋਖਰੀਆ ਨਿਸ਼ੰਕ ਨੇ ਆਨਲਾਈਨ ਸਿੱਖਿਆ ਦੇ ਇੱਕ ਵਰਚੁਅਲ ਪ੍ਰਿਆਗਿਆਤਾ ਦੇਸ਼ਾ ਨਿਰਦੇਸ਼ ਜਾਰੀ ਕਰਦੇ ਕਿ ਹੈ ਕਿ ਵਿਦਿਆਰਥੀਆਂ ਦੇ ਲਈ ਆਨਲਾਈਨ ਕਲਾਸਾਂ ਦਾ ਸਮਾਂ ਇਨ੍ਹਾਂ ਦਿਸ਼ਾ ਨਿਰਦੇਸ਼ਾਂ ਮੁਤਾਬਕ ਨਿਰਧਾਰਿਤ ਕੀਤਾ ਜਾਵੇ ਮੰਤralੇ ਨੇ ਸਲਾਹ ਦਿੱਤੀ ਹੈ ਕਿ ਪ੍ਰੀ ਪ੍ਰਾਇਮਰੀ ਵਿਦਿਆਰਥੀਆਂ ਦੇ ਲਈ ਆਨਲਾਈਨ ਕਲਾਸ ਦਾ ਸਮਾਂ 30 ਮਿੰਟ ਤੋਂ ਜ਼ਿਆਦਾ ਨਹੀਂ ਹੋਣਾ ਚਾਹੀਦਾ ਤੇ ਪਹਿਲੇ ਤੋਂ 8ਵੀਂ ਤੱਕ ਦੇ ਵਿਦਿਆਰਥੀਆਂ ਦੇ ਲਈ ਇਹ ਸਮਾਂ ਰੋਜ਼ 45-45 ਮਿੰਟ ਦੇ 2 ਪੀਰੀਅਡਾਂ ਦਾ ਹੋਣਾ ਚਾਹੀਦਾ ਹੈ ਦਿਸ਼ਾ ਨਿਰਦੇਸ਼ਾਂ ਦੇ ਵਿੱਚ ਵਿਦਿਆਰਥੀਆਂ ਦੇ ਮਾਨਸਿਕ ਵਿਕਾਸ ਤੇ ਧਿਆਨ ਦੇਣ ਦੀ ਲੋੜ ਤੇ ਜ਼ੋਰ ਦਿੱਤਾ ਗਿਆ ਹੈ। ਉਹਨਾਂ ਕਿਹਾ ਕਿ 9 ਤੋਂ 12 ਕਲਾਸ ਦੇ ਵਿਦਿਆਰਥੀਆਂ ਲਈ 45-45 ਮਿੰਟ ਦੇ 4 ਪੀਰੀਅਡ ਆਨਲਾਈਨ ਹੋਣੇ ਚਾਹੀਦੇ ਨੇ। ਕੇਂਦਰੀ ਮੰਤਰੀ ਪੋਖਰੀਆਲ ਨੇ ਕਿਹਾ ਕਿ ਕੋਵਿਡ-19 ਮਹਾਮਾਰੀ ਕਾਰਨ ਸਿੱਖਿਆ ਸੰਸਥਾਵਾਂ 'ਉਪੰਨ ਕਰਨੀਆਂ ਪਈਆਂ ਨੇ ਜਿਸ ਦਾ ਅਸਰ ਦੇਸ਼ ਦੇ 24 ਕਰੋੜ ਤੋਂ ਜ਼ਿਆਦਾ ਵਿਦਿਆਰਥੀਆਂ ਤੇ ਪਿਆ ਹੈ। ਉਹਨੇ ਕਿਹਾ ਕਿ ਪ੍ਰਗਟਾ ਦਿਸ਼ਾ ਨਿਰਦੇਸ਼ ਬੱਚਿਆਂ ਦੇ ਵਿਦਿਅਕ ਅਤੇ ਮਾਨਸਿਕ ਵਿਕਾਸ ਨੂੰ ਧਿਆਨ ਦੇ ਵਿੱਚ ਰੱਖ ਕੇ ਤਿਆਰ ਕੀਤੇ ਗਏ ਨੇ ਸੜਕ ਆਵਾਜਾਈ ਦੇ ਸ਼ਾ ਮਾਰਕ ਬਾਰੇ ਕੇਂਦਰੀ ਮੰਤਰੀ ਨਿਤਿਨ ਗੜਕਰੀ ਨੇ ਕੱਲ ਹਰਿਆਣਾ ਦੇ ਵਿੱਚ 11 ਸੜਕ ਪ੍ਰੋਜੈਕਟਾਂ ਦਾ ਉਦਘਾਟਨ ਕੀਤਾ ਇਨਾਂ ਵਿੱਚ ਹਰਿਆਣਾ ਵਿੱਚਲੇ 20000 ਕਰੋੜ ਰੁਪਏ ਦੀ ਲਾਗਤ ਦੇ 8 ਕੌਮੀ ਸ਼ਾ ਰਾ ਸ਼ਾਮਲੇ ਵੇਬਰਾਹੀ ਕੀਤੇ ਇਸ ਸਮਾਗਮ ਦੀ ਪ੍ਰਧਾਨਗੀ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨੇ ਕੀਤੀ ਇਸ ਮੌਕੇ ਹਰਿਆਣਾ ਦੇ ਉਪ ਮੁੱਖ ਮੰਤਰੀ ਦੁਸ਼ਯੰਤ ਚਟਾਲਾ ਵੀ ਮੌਜੂਦ ਸਨ ਇਸ ਮੌਕੇ ਬੋਲਦਿਆਂ ਨਿਤਿਨ ਗੜਕਰੀ ਨੇ ਕਿਹਾ ਕਿ ਇਹਨਾਂ ਪ੍ਰੋਜੈਕਟਾਂ ਦਾ ਹਰਿਆਣਾ ਦੇ ਲੋਕਾਂ ਨੂੰ ਫਾਇਦਾ ਹੋਵੇਗਾ ਇਸ ਤੋਂ ਇਲਾਵਾ ਪੰਜਾਬ ਰਾਜਸਥਾਨ ਦਿੱਲੀ ਤੇ ਉੱਤਰ ਪ੍ਰਦੇਸ਼ ਨਾਲ ਵੀ ਸੁਚਾਰੂ ਸੜਕ ਸੰਪਰਕ ਬਣ ਜਾਵੇਗਾ ਉਹਨੇ ਕਿਹਾ ਕਿ ਇਹ ਪ੍ਰੋਜੈਕਟ ਦਿੱਲੀ ਮੁੰਬਈ ਕੋਲਕਾਤਾ ਤੇ ਅਮਰੀਸਰ ਸੰਤੀ ਗਲਿਆਰੇ ਦਾ ਇੱਕ ਹਿੱਸਾ ਨੇ ਜਿਸ ਨਾਲ ਹਰਿਆਣਾ ਦੇ ਵਿੱਚ ਹੋਰ ਪੂੰਜੀ ਨਿਵੇਸ਼ ਹੋਵੇਗੀ ਉਹਨੇ ਕਿਹਾ ਕਿ ਇਹਨਾਂ ਪ੍ਰੋਜੈਕਟਾਂ ਵਾਸਤੇ लाएगी गई जमीन का दा करीब दस हज़ार करोड़ रुपए का मुआवजा जमीन मालकान के खाते के सीधा जमा करवाया जाएगा वाले पाँच साल में पाँच करोड़ नए जॉब्स क्रिएट करने का मैंने संकल्प किया है अभी हमारे देश में एमएसएमई का कंट्रीब्यूशन 29 परसेंट थर्टी परसेंट है हमारे देश का 48 परसेंट एक्सपोर्ट एमएसएमई से होता है और 11 करोड़ जॉब एमएसएमई में क्रिएट हुए हैं और ब होने वाले की दर वी इशारिया सिफर दो फीसद तक पुज गई है ताजा आंकड़े मुताबिक हूं तक देश सेब होने वाले की गिनती पांच लाख इकहत्तर हजार चार सौ साठ हो गई है पिछले चौवी घंटे दौरान सतारा हजार 999 ਮਰੀਜ਼ ਕਰੋਨਾ ਤੋਂ ਸੇਤਿਆਭੁਕੇ ਕਰੋਨ ਕਰੀ ਪਰ ਚੁੱਕੇ ਨੇ ਦੇਸ਼ ਵਿੱਚ ਇਸ ਵੇਲੇ ਕਰੋਨਾ ਦੇ ਐਕਟਿਵ ਮਾਮਲੇ ਦੀ ਗਿਣਤੀ 311565 ਵਿਤੇ 24 ਘੰਟੇ ਦੌਰਾਨ ਦੇਸ਼ ਵਿੱਚ 28498 ਨਵੇਂ ਮਾਮਲੇ ਸਾਹਮਣੇ ਆਏ ਨੇ ਜਿਸ ਨਾਲ ਕਰੋਨਾ ਦੀ ਪੁਸ਼ਟੀ ਵਾਲੇ ਮਾਮਲੇ ਦੀ ਗਿਣਤੀ 96752 ਹੋ ਗਈ ਹੈ ਇਕ ਦਿਨ ਚ 553 ਮੌਤਾਂ ਹੋਈਆਂ ਨੇ ਦੇਸ਼ ਵਿੱਚ ਇਸ ਬਿਮਾਰੀ ਨਾਲ ਮਰਨ ਵਾਲਿਆਂ ਦੀ ਕੁੱਲ ਗਿਣਤੀ 23727 ਹੋ ਗਈ ਹੈ ਦੇਸ਼ ਵਿੱਚ ਇਸ ਬਿਮਾਰੀ ਨਾਲ ਮਰਨ ਵਾਲਿਆਂ ਦੀ ਦਰ 2.61 ਫੀਸਦੀ ਦੇਸ਼ ਵਿੱਚ 30 ਸੂਬੇ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ ਅਜੇ ਹੀ ਨੇ ਜਿੱਥੇ ਇਸ ਬਿਮਾਰੀ ਨਾਲ ਮਰਨ ਵਾਲਿਆਂ ਦੀ ਦਰ ਕੌਮੀ ਔਸਤ ਤੋਂ ਕਾਟੇ ਡਾਕਟਰੀ ਖੋਜ ਬਾਰੇ ਕੇਂਦਰੀ ਕੌਂਸਲ ਯਾਨੀ ICMR ਦੇ ਕੁਲਾਰੇ ਨੇ ਦੱਸਿਆ ਕਿ ਪਿਛਲੇ 24 ਘੰਟਿਆਂ ਦੌਰਾਨ ਦੇਸ਼ ਵਿੱਚ ਕਰੋਨਾ ਦੀ ਜਾਂਚ ਸਬੰਧੀ 286247 ਟੈਸਟ ਕਰਵਾਏ ਗਏ ਜਿਹੜੇ ਹੁਣ ਤੱਕ ਦੇਸ਼ ਦੇ ਵਿੱਚ ਇੱਕ ਦਿਨ 'ਚ ਕਰਵਾਏ ਗਏ ਟੈਸਟਾਂ ਦੇ ਵਿੱਚ ਸਭ ਤੋਂ ਵੱਧ ਟੈਸਟ ਨੇ ਪੰਜਾਬ ਵਿੱਚ ਕਰੋਨਾ ਵਾਇਰਸ ਦੀ ਪੁਸ਼ਟੀ ਵਾਲੇ ਮਾਮਲਿਆਂ ਵਿੱਚ ਵਾਧਾ ਲਗਾਤਾਰ ਚੱਲ ਰਿਹਾ ਹੈ ਤਾਂ ਸਾ ਅੰਕੜਿਆਂ ਦੇ ਅਨੁਸਾਰ ਕਰੋਨਾ ਵਾਇਰਸ ਦੀ ਪੁਸ਼ਟੀ ਵਾਲੇ ਮਰੀਜ਼ਾਂ ਦੀ ਗਿਣਤੀ 8511 ਹੋ ਗਈ ਹੈ ਇਸ ਬਿਮਾਰ ਨਾਲ ਮਰਨ ਵਾਲੇ ਦੀ ਗਿਣਤੀ 213 ਤੱਕ ਪਹੁੰਚ ਗਈ ਹੈ ਕਰੋਨਾ ਵਾਇਰਸ ਤੋਂ ਸੇਤਿਆਪ ਹੋਣ ਵਾਲਿਆਂ ਦੀ ਗਿਣਤੀ 5663 ਹੋ ਗਈ ਹੈ ਇਸ ਵੇਲੇ ਸੂਬੇ ਦੇ ਵਿੱਚ 2635 ਕਰੋਨਾ ਦੇ ਐਕਟਿਵ ਮਾਮਲੇ ਨੇ ਲੁਧਿਆਣਾ ਜਲੰਧਰ ਤੇ ਅਮ੍ਰਿਤਸਰ ਵਿੱਚ ਲਗਾਤਾਰ ਕਰੋਨਾ ਦਾ ਪ੍ਰਭਾਵ ਪਾਤਰ ਹੈ ਲੁਧਿਆਣਾ ਵਿੱਚ 1520 ਜਲੰਧਰ ਦੇ ਵਿੱਚ 1345 ਅਤੇ ਅਮ੍ਰਿਤਸਰ ਵਿੱਚ 1109 ਕਰੋਨਾ ਵਾਇਰਸ ਦੇ ਮਰੀਜ਼ਾਂ ਦੀ ਪੁਸ਼ਟੀ ਹੋਈ ਹੈ ਦੇਸ਼ ਵਿੱਚ ਕੋਰੋਨਾ ਵਾਇਰਸ ਦੀ ਪੁਸ਼ਟੀ ਵਾਲੇ ਮਾਮਲਿਆਂ ਦੀ ਗਿਣਤੀ 9 ਲੱਖ ਦਾ ਅੰਕੜਾ ਪਾਰ ਕਰਕੇ ਆਈ। ਕੇਂਦਰੀ ਸਿਹਤ ਮੰਤਰਾਲੇ ਨੇ ਕਿਹਾ ਕਿ ਦੇਸ਼ ਵਿੱਚ ਇਸ ਵੇਲੇ ਕੁੱਲ ਐਕਟਿਵ ਮਾਮਲਿਆਂ 'ਚੋਂ 86% ਮਾਮਲੇ ਦਸੂਬੇਂ ਦੇ ਨਾਲ ਸੰਬੰਧਿਤ ਨੇ। ਨਵੀਂ ਦਿੱਲੀ 'ਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਿਹਤ ਮੰਤਰਾਲੇ ਦੇ OSD ਰਾਜੀਸ਼ ਪੂਸ਼ਨ ਨੇ ਦੱਸਿਆ ਕਿ ਮਹਾਰਾਸ਼ਟਰ ਅਤੇ ਤਾਮਿਲਨਾਡੂ ਦੇਸ਼ ਦੇ ਅਜਿਹੇ ਸੂਬੇ ਨੇ ਜਿੱਥੇ ਕੁੱਲ ਐਕਟਿਵ ਮਾਮਲਿਆਂ 'ਚੋਂ 50% ਮਾਮਲੇ ਨੇ। ਕਰਨਾਟਕ ਦਿੱਲੀ ਆਂਧਰਾਪ੍ਰਦੇਸ਼ ਉੱਤਰਪੜਦੇਸ਼ ਤੇਲੰਗਾਨਾ ਪੱਛਮੀ ਬੰਗਾਲ ਗੁਜਰਾਤ ਅਤੇ ਅਸਾਮ ਵੱਲੋਂ ਕੋਲੈਕਟਿਵ ਮਾਮਲਿਆਂ ਚ 36% ਦੀ ਪਾਈਵਲੀ ਦਰਜ ਕੀਤੀ ਜਾ ਰਹੀ ਹੈ। ਪੂਸ਼ਣ ਨੇ ਦੱਸਿਆ ਕਿ ਕੋਵਿਡ-19 ਦੇ ਸਿੱਟੇ ਇਤਿਹਾਬ ਹੋਣ ਵਾਲੇ ਕੇਸਾਂ ਦੀ ਗਿਣਤੀ ਐਕਟਿਵ ਕੇਸਾਂ ਦੇ ਨਾਲ 1.8 ਗੁਣਾ ਵਾਧੀ। ਉਨ੍ਹਾਂ ਕਿਹਾ ਕਿ ਦੇਸ਼ ਭਾਰਤੀ 22 ਸੂਬਿਆਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਵਿੱਚ ਹਰ ਰੋਜ਼ 10 ਲੱਖ ਦੀ ਆਬਾਦੀ ਪਿੱਛੇ 140 ਟੈਸਟ ਕੀਤੇ ਜਾ ਰਹੇ ਨੇ। ਇੱਕ ਸਵਾਲ ਦੇ ਜਵਾਬ ਵਿੱਚ ਉਨ੍ਹਾਂ ਕਿਹਾ ਕਿ ਦੇਸ਼ ਵਿੱਚ ਕੋਵਿਡ-19 ਨਾਲ ਮਰਨ ਵਾਲਿਆਂ ਦੀ ਦਰ ਸਿਰਫ 2.6% ਦੇ उस लगातार गिरावट दर्ज की के थी जा रही है, के है के कुमांत्री दर दर के हम आपको एक प्रेजेंटेशन दिखा रहे हैं जिसमें जो वर्तमान स्थिति है कोरोना की देश में उसके बारे में एक संक्षिप्त विवरण है ये हम आपको बता रहे हैं कि अगर हम केसेस पर मिलियन देखें ਕਿਸੇ ਵੀ ਦੇਸ਼ ਦੀ ਜਨਸੰਖਿਆ ਮੇ ਜੋ ਕੁੱਲ ਉਨ੍ਹਾਂ ਕੇ ਕੇਸਸ ਹੈ ਕੋਵਿਡ ਇੰਡੂ ਇਲਾਕੇ ਦੇ ਗਰੀਬ ਲੋਕ ਨੂੰ ਲਾਕਡਾਊਨ ਅਤੇ ਕਰੋਨਾ ਵਾਇਰਸ ਦੇ ਮੌਜੂਦਾ ਦੌਰ ਸਮੇਂ ਰੋਜ਼ਗਾਰ ਦੇ ਵਿੱਚ ਬਹੁਤ ਮਦਦ ਕੀਤੀ ਹੈ ਲਾਕਡਾਊਨ ਦੌਰਾਨ ਜਦ ਸਾਰੇ ਕਾਰੋਬਾਰ ਬੰਦ ਪੈ ਸਨ ਅਤੇ ਲੋਕਾਂ ਨੂੰ ਰੋਟੀ ਦੀ ਚਿੰਤਾ ਪੈ ਗਈ ਤਾਂ ਮਨਰੇਗਾ ਸਕੀਮ ਤਹਿਤ ਉਨ੍ਹਾਂ ਨੂੰ ਕੰਮ ਮਿਲਨ ਅਤੇ ਕੇਂਦਰ ਸਰਕਾਰ ਦੀਆਂ ਹੋਰ ਸਕੀਮਾਂ ਤਹਿਤ ਲਾਭ ਮਿਲਣ ਕਾਰਨ ਜੀਵਨ ਸੁਖਾਲਾ ਹੋਇਆ ਮਨਰੇਗਾ ਕਾਮਿਆਂ ਨੂੰ ਆਪਣੇ ਪਿੰਡ ਦੇ ਅੰਦਰ ਹੀ ਰੋਜ਼ਗਾਰ ਦਿੱਤਾ ਜਾ ਰਿਹਾ ਹੈ ਜਿਸ ਨਾਲ ਉਹਨਾਂ ਦੇ ਘਰ ਦੇ ਖਰਚੇ ਪੂਰੇ ਹੁੰਦੇ ਨੇ ਜਲੰਧਰ ਨੇੜੇ ਪੈਂਦੇ ਪਿੰਡ ਬੱਲਾਂ ਦੇ ਵਿੱਚ ਸਾਫ ਸਫਾਈ ਦੇ ਕੰਮ ਦੇ ਵਿੱਚ ਲੱਗੇ ਮਨਰੇਗਾ ਮਜ਼ਦੂਰਾ ਨੇ ਕਿਹਾ ਕਿ ਇਹ ਸਕੀਮ ਉਹਨਾਂ ਵਾਸਤੇ ਫਰਤਾਨ ਸਾਬਤ ਹੋਈ ਮਨਰੇਗਾ ਤਹਿਤ ਕੰਮ ਮਿਲਣ ਤੇ ਔਖੇ ਸਮੇਂ ਦੇ ਵਿੱਚ ਵੀ ਉਹਨਾਂ ਦਾ ਢਾਲ ਫੁਲਕਾ ਚੱਲਦਾ ਰਿਹਾ ਬੱਲਾਂ ਦੇ ਮਨਰੇਗਾ ਮਜ਼ਦੂਰ ਤੋਸ਼ੀ, ਨਿਰਮਲਾ ਦੇਵੀ, ਵਿਰਮਲਾ ਦੇਵੀ ਅਤੇ ਲక్ష్ਮੀ ਦੇਵੀ ਨੇ ਮਨਰੇਗਾ ਤਹਿਤ ਉਹਨਾਂ ਨੂੰ ਰੋਜ਼ਗਾਰ ਮੁਹੱਈਆ ਕਰਾਉਣ ਤੇ ਖਾਸ ਕਰਕੇ ਕੇਂਦਰ ਸਰਕਾਰ ਅਤੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਦਾ ਧੰਨਵਾਦ ਕੀਤਾ। ਉਹਨਾਂ ਦੱਸਿਆ ਕਿ ਬੱਲਾਂ ਪਿੰਡ ਦੇ 20 ਤੋਂ 22 ਲੋਕਾਂ ਨੂੰ ਇਸ ਸਕੀਮ ਤਹਿਤ ਰੋਜ਼ਗਾਰ ਮਿਲਿਆ ਹੈ। ਮੈਂ ਤਾਂ ਸਰਕਾਰ ਦਾ ਧੰਨਵਾਦ ਕਰਨਾ ਚਾਹੂੰਗੀ ਕਿ ਮੋਦੀ ਸਾਹਿਬ ਜੀ ਨੇ ਵਧੀਆ ਕੀਤਾ ਹੈ ਕਿ ਰੋਟੀ ਰੋਜ਼ੀ ਗਰੀਬਾਂ ਨੂੰ ਵਾਰਸੀ ਹੈ। ਅਸੀਂ ਇਦਾਂ ਹੈ ਕਿ 263 ਰੁਪਏ ਦਿਹਾੜੀ ਆ। ਜੇ ਇਹਦੇ ਵਿੱਚ ਵਧੀਆ ਆ ਚਲੋ ਸਾਡਾ ਘਰ ਦਾ ਗੁਜ਼ਾਰਾ ਚੱਲਾ ਆ। ਇਹ ਸਰਕਾਰ ਦਾ ਬਹੁਤ-ਬਹੁਤ ਧੰਨਵਾਦ ਕਰਦੇ ਆ ਜਿਹੜਾ ਸਾਨੂੰ ਰੋਜ਼ਗਾਰ ਚਲਾ ਆ। ਲੋਕਡਾਊਨ ਦੇ ਵਿੱਚ ਬਿਮਾਰੀ ਦੇ ਚੱਲਦੇ ਸਾਨੂੰ ਕੰਮ ਬੰਦ ਹੋ ਗਿਆ ਸੀ ਇਸ ਕਰਕੇ ਬਹੁਤ ਜ਼ਿਆਦਾ ਤੰਗੀ ਵਿੱਚ ਗੁਜ਼ਰ ਰਹੇ ਆ। ਇਸ ਕਰਕੇ ਸਾਨੂੰ ਅਸੀਂ ਸਰਕਾਰ ਦਾ ਬਹੁਤ-ਬਹੁਤ ਧੰਨਵਾਦ ਕਰਦੇ ਆ 263 ਰੁਪਏ ਜਿਹੜੀ ਸਾਡੀ ਦਿਹਾੜੀ ਆ ਇਹ ਵੀ ਚਲੋ ਰੋਜ਼ਗਾਰ ਦੇ ਸਮੇਂ ਜਿੱਦਾਂ ਜਾਣ ਕੇ ਘੱਟ ਵਾ ਸਾਨੂੰ 300 ਰੁਪਏ ਦਿਹਾੜੀ ਹੋਣੀ ਚਾਹੀਦੀ ਆ। ਗੁਰਦਾਸਪੁਰ ਜ਼ਿਲ੍ਹੇ ਵਿੱਚ ਕਮਿਊਨਿਟੀ ਹੈਲਥ ਸੈਂਟਰ ਪਾਮ ਦੇ ਵਿੱਚ ਹਸਪਤਾਲ ਦੀ ਨਵੀਂ ਇਮਾਰਤ ਦਾ ਉਦਘਾਟਨ ਪੰਜਾਬ ਦੇ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਬਲਬੀਰ ਸਿੰਘ ਸਿੱਧੂ ਵੱਲੋਂ ਕੀਤਾ ਗਿਆ। ਇਸ ਇਮਾਰਤ ਵਿੱਚ ਚਾਚਾ ਬੱਚਾ ਸੈਂਟਰ ਸਥਾਪਿਤ ਕੀਤਾ ਗਿਆ ਹੈ। ਨਵੀਂ ਇਮਾਰਤ ਦੇ ਸਾਡੇ 3 ਕਰੋੜ ਰੁਪਏ ਦੀ ਲਾਗਤ ਆਈ ਹੈ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਿਹਤ ਮੰਤਰੀ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ 4000 ਮੈਡੀਕਲ ਫੈਲੋ ਅਤੇ ਡਾਕਟਰਾਂ ਦੀ ਭਰਤੀ ਕੀਤੀ ਜਾ ਰਹੀ ਹੈ ਜਿਨ੍ਹਾਂ ਵਿੱਚ 300 ਦੇ ਕਰੀਬ ਮੈਡੀਕਲ ਅਫਸਰ ਅਤੇ ਹੋਰ ਸਪੈਸ਼ਲ ਡਾਕਟਰ ਦੀ ਪਰਤੀ ਸ਼ਾਮਲੇ ਬਲਬੀਰ ਸਿੰਘ ਸਿੱਧੂ ਨੇ ਸਿਹਤ ਵਿਭਾਗ ਵੱਲੋਂ ਕਰੋਨਾ ਸੰਕਟ ਉੱਤੇ ਕਾਬੂ ਪਾਉਣ ਦੇ ਲਈ ਕੀਤੇ ਜਾ ਰਹੇ ਯਤਨਾਂ ਦੀ ਸ਼ਲਾਘਾ ਕੀਤੀ ਇਸ ਦੇ ਨਾਲ ਹੀ ਖਬਰਾਂ ਦਾ ਇਹ ਬੁਲੇਟਿਨ ਖਤਮ ਹੁੰਦਾ ਹੈ اجازت ਦਿਓ ਨਮਸਕਾਰ